ਜੇ ਤੁਸੀਂ ਨੇਚਰ ਨੂੰ ਜਾਣਨਾ ਚਾਹੁੰਦੇ ਹੋ ਤਾਂ ਉਹਦਾ ਸਭ ਤੋਂ ਜਿਹੜਾ ਬਹੁਤ ਟੈਕਨੋਲੋਜੀ ਦੇ ਅਕੋਰਡਿੰਗਲੀ ਬਹੁਤ ਸੌਖਾ ਹੋ ਗਿਆ ਕਿ ਪਰਮਾਤਮਾ ਨੇ ਜੋ ਵੀ ਪਲਾਂਟਸ ਜੋ ਵੀ ਨੇਚਰ ਦੇ ਵਿੱਚ ਜੋ ਵੀ ਬਣਾਇਆ ਨਾ ਹਰ ਦੇ ਵਿੱਚ ਕੁਛ ਨਾ ਕੁਛ ਹੈ। ਮਤਲਬ ਕਿਸੇ ਦੇ ਇੱਕ ਤਾਂ ਸਾਡੇ ਯੂਜ਼ ਦੇ ਅਕੋਰਡਿੰਗਲੀ ਹੈ ਕਿ ਚਾਹੇ ਉਹ ਪੱਤੇ ਨੇ, ਚਾਹੇ ਉਹ ਰੂਟਸ ਨੇ, ਚਾਹੇ ਉਹ ਫਲਾਰ ਨੇ, ਫਰੂਟ ਨੇ, ਔਰ ਸੈਕਿੰਡਲੀ ਉਹ ਜਦੋਂ ਸਾਨੂੰ ਦੂਰ ਤੋਂ ਵੀ ਅਟਰੈਕਟ ਕਰਦੇ ਪੂਰੀ ਧੁੱਪ ਹੁੰਦੀ ਹੈ ਤਾਂ ਸ਼ੇਡ ਟ੍ਰੀ ਦੇ ਲਈ ਇਹ ਵਨ ਆਫ ਦਾ ਬੈਸਟ ਟ੍ਰੀ ਹੈ। ਇਹਦਾ ਨਾਮ ਮੌਲਸਰੀ ਹੈ, ਮੌਲਸਰੀ। ਜਿਹਨੂੰ ਚਕਰੰਡਾ ਕਿਹਾ ਜਾਂਦਾ, ਇਹਦਾ ਫਰੂਟ ਹੈ, ਡਰਾਈ ਹੋ ਕੇ ਇਹਦੇ ਵਿੱਚੋਂ ਸੀਡ ਨਿਕਲਦਾ ਤਾਂ ਇਹਨੂੰ ਜਿਹੜੇ ਡਰਾਈ ਫਲਾਵਰ ਅਰੇਂਜਮੈਂਟ ਦੇ ਵਿੱਚ ਕਾਫ਼ੀ ਯੂਜ਼ ਕੀਤਾ ਹੈ। ਨੀਲੇ ਰੰਗ ਦੇ ਜਦੋਂ ਫੁੱਲ ਆਉਂਦੇ ਆ ਉਹਨੂੰ ਬਹੁਤ ਖੂਬਸੂਰਤ ਲੱਗਦਾ, ਔਰ ਇਹਦਾ ਮੇਨਲੀ ਯੂਜ਼ ਜਿਹੜਾ ਹੈਗਾ ਉਹ ਲੈਂਡਸਕੇਪ 'ਚ ਆ। ਔਰ ਇੱਕ ਇਹਦੇ ਜਿਹੜੇ ਤਣੇ ਆ, ਪਹਿਲਾਂ ਜਦੋਂ ਆਪਾਂ ਉੱਧਰ ਗੱਲ ਕਰ ਰਹੇ ਸੀ ਉਦੋਂ ਮੈਂ ਦੇਖ ਰਿਹਾ ਸੀ ਹੈ ਨਾ, ਜਿਹੜੇ ਵੀ ਬੀਜ ਦਾ ਜਿਹੜਾ ਤਣਾਂ ਦੇ ਵਿੱਚ ਖੋਲ ਮਿਲਣਗੇ ਉੱਥੇ ਬਰਡਸ ਜ਼ਿਆਦਾ ਆਉਂਦੇ ਆ। ਅਸੀਂ ਸਾਰੇ ਅੱਜ ਕੱਲ੍ਹ ਚਾਹੇ ਲੱਕੜ ਦੇ ਜਾਂ ਵੱਖ ਵੱਖ ਮਟੀਰੀਅਲ ਦੇ ਉਹ ਟੰਗਣ ਲੱਗ ਗਏ ਆ, ਬਟ ਜਿਹੜਾ ਬਰਡਸ ਜਿਹੜਾ ਮੇਨਲੀ ਹੈਬੀਟੈਟ ਲਾਈਕ ਕਰਦੇ ਆ ਉਹ ਕੀ ਲਾਈਕ ਕਰਦੇ ਪੰਜ ਚਾਰ ਚੀਜ਼ਾਂ ਨੇ, ਉਹ ਉਹਨਾਂ ਚੀਜ਼ਾਂ ਨੂੰ ਬਾਇਓ ਕੰਟਰੋਲ ਲਈ ਯੂਜ਼ ਕਰੋ। ਖਾਸ ਕਰਕੇ ਘਰੇ ਤਾਂ ਜਿਹੜੇ ਘਰੇ ਤਾਂ ਸਭ ਤੋਂ ਵਧੀਆ ਕੰਟਰੋਲ ਨੇਚਰ ਨੇ ਸਾਨੂੰ ਪਾਣੀ ਦਿੱਤਾ ਹੈ, ਉਹ ਤੋਂ ਪਹਿਲਾਂ ਜਿਹੜਾ ਕੰਟਰੋਲ ਆ ਉਹ ਪਾਣੀ ਦਾ ਹੋਣਾ ਚਾਹੀਦਾ। ਤੁਸੀਂ ਪਾਣੀ ਪ੍ਰੈਸ਼ਰ ਨਾਲ ਯੂਜ਼ ਕਰੋ, ਬਹੁਤ ਸਾਡੇ ਤੁਹਾਡੇ ਸੈਕਟ ਬੈਸਟ ਪਾਣੀ ਨਾਲ ਹੀ ਵਾਸ਼ ਹੋਏ। ਫਿਰ ਤੁਸੀਂ ਸੋਪੀ ਵਾਟਰ ਨੂੰ ਯੂਜ਼ ਕਰ ਸਕਦੇ ਬਹੁਤ ਘੱਟ, ਠੀਕ ਹੈ। ਫਿਰ ਨੀਮ ਓਇਲ ਨੂੰ ਯੂਜ਼ ਕਰ ਸਕਦੇ ਹੋ, ਹਾਂ ਫਿਰ ਅੱਗੇ ਤੋਂ ਤੂਰਾ ਆ ਜਾਂਦਾ। ਜਿਹੜਾ ਜਿਹਨਾਂ ਨੂੰ ਮਸੂੜਿਆਂ ਦੇ ਰੋਗ ਹੁੰਦੇ ਆ, ਗੰਮਸ ਦੇ ਰੋਗ ਹੁੰਦੇ ਆ, ਤਾਂ ਉਹ ਉਹਨਾਂ ਨੂੰ ਸੁਜੈਸਟ ਕੀਤਾ ਜਾਂਦਾ ਕਿ ਇਹਨਾਂ ਨੂੰ ਜਿੱਦਾਂ ਆਪਾਂ ਦਾਤਣ ਚੱਪਦੇ ਹਾਂ ਤਾਂ ਉਹ ਉੱਦਾਂ ਚੁੱਪਣਾ ਚਾਹੀਦਾ।